ਫੁੱਟਬਾਲ ਦਾ ਖਿਡਾਰੀ ਲੋ ਅਗਲੀਆਂ ਟੀਮਾਂ ਨੂੰ ਬੇਨਤੀ ਕਰਦੀ ਹੈ ਸਾਡੇ ਪ੍ਰਧਾਨ ਜੀ ਹੈਲੋ ਰਵਿੰਦਰ ਵਿਚਕਾਰ ਅਮਨ ਟਿੱਬਾ ਜੀ ਔਰ ਜਿੰਦੂ ਟਿੱਬਾ ਜੀ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਔਰ ਬਲਦੇਵ ਸਿੰਘ ਜੀ ਫੁੱਟਬਾਲ ਖਿਡਾਰੀ ਸਾਡੇ ਦਰਮਿਆਨ ਪਹੁੰਚੇ ਆ ਅਸੀਂ ਕਲੱਬ ਵੱਲੋਂ ਔਰ ਸਮੂਹ ਗ੍ਰਾਮ ਪੰਚਾਇਤ ਵੱਲੋਂ ਇਹਨਾਂ ਨੂੰ ਇੱਥੇ ਪਹੁੰਚਣ 'ਤੇ ਜੀ ਆਇਆਂ ਆਖਦੇ ਹਾਂ ਜੀ ਸਾਡੇ ਵਿਚਕਾਰ ਭਿੰਦਾ USA ਉਹ ਵੀ ਪਹੁੰਚੇ ਨੇ ਅਸੀਂ ਉਹਨਾਂ ਨੂੰ ਇੱਥੇ ਪਹੁੰਚਣ 'ਤੇ ਜੀ ਆਇਆਂ ਆਖਦੇ ਹਾਂ ਇਹ ਭਿੰਦਾ ਕਨੇਡਾ ਜੀ ਉਹਨਾਂ ਨੇ ਫੁੱਟਬਾਲ ਦਾ ਦੂਸਰਾ ਪ੍ਰਾਈਜ਼ ਭਿੰਦਾ ਕਨੇਡਾ ਜੀ ਵੱਲੋਂ ਹੈ ਅਸੀਂ ਇਹਨਾਂ ਦਾ ਇੱਥੇ ਪਹੁੰਚਣ 'ਤੇ ਜੀ ਆਇਆਂ ਔਰ ਸਮੂਹ ਗ੍ਰਾਮ ਪੰਚਾਇਤ ਵੱਲੋਂ ਔਰ ਖੈੜਾ ਯੂਥ ਕਲੱਬ ਵੱਲੋਂ ਧੰਨਵਾਦ ਕਰਦੇ ਹਾਂ ਜੀ ਲਓ ਜੀ ਤੇਰੇ ਪਾਸੇ ਬਹੁਤ ਵਧੀਆ ਮੈਚ ਦੀ ਗੱਲ ਆਪਾਂ ਕਰਾਂਗੇ ਮੈਚ ਦੇ ਉੱਪਰ ਨਾਲ ਹੀ ਬੇਨਤੀ ਕਰਦੀ ਹੈ ਕੁਹਾਲਾ ਤੇ ਨਲ ਮਾਨਕ ਇਹ ਟੀਮਾਂ ਵੀ ਅੱਜ ਸਾਡੇ ਸਤਨਾਮ ਸੋਢੀ ਜੀ ਬੇਨਤੀ ਕਰਦੇ ਆ ਵੀ ਰੈਫਰੀ ਦਾ ਫੈਸਲਾ ਜੋ ਹੋਵੇਗਾ ਮੈਚ ਦੇ ਵਿਚਕਾਰ ਉਹ ਸਹੀ ਤੇ ਅਟਲ ਹੋਵੇਗਾ ਕਿਸੇ ਵੀ ਖਿਡਾਰੀ ਦੀ ਕੋਈ ਦਲੀਲ ਅਪੀਲ ਨਹੀਂ ਹੋਵੇਗੀ ਰੈਫਰੀ ਦਾ ਫੈਸਲਾ ਅੰਤਮ ਤੇ ਸਹੀ ਹੋਵੇਗਾ ਇੱਕ ਮੇਰੇ ਕੋਲ ਬਹੁਤ ਵੱਡੀ ਜਾਣਕਾਰੀ ਮੇਰੇ ਵੀਰਾਂ ਨੇ ਦਿੱਤੀ ਹੈ ਆਉਂਦੇ ਸਾਲ ਨੂੰ ਜਿੱਥੇ ਕਬੱਡੀ ਫੁੱਟਬਾਲ ਦੇ ਮੁਕਾਬਲੇ ਹੋਣਗੇ ਉੱਥੇ ਨਾਲ ਰੱਸਾਕਸੀ ਅਤੇ ਕੁੱਤਿਆਂ ਦੀਆਂ ਦੌੜਾਂ ਦੇ ਮੁਕਾਬਲੇ ਵੀ ਹੋਣਗੇ ਮੇਰੇ ਕੋਲ ਇੱਕ ਲਿਸਟ ਪਹੁੰਚ ਚੁੱਕੀ ਆ ਆਉਂਦੇ ਸਾਲ ਨੂੰ ਜਿਹੜੇ 5 ਮੋਟਰਸਾਈਕਲ ਨੇ ਉਹ ਇਸ ਨਗਰ ਦੀ ਸਰਜ਼ਮੀਨ ਦੇ ਵਿੱਚ ਖਿਡਾਰੀਆਂ ਨੂੰ ਵੱਖੋ ਵੱਖ ਖੇਡਾਂ ਵਿੱਚ ਮਾਨ ਸਨਮਾਨ ਦਿੱਤੇ ਜਾਣਗੇ ਸਾਡੇ ਵੀਰ ਰੈਂਕੂ ਕਨੇਡਾ ਅਤੇ ਹਨੀ ਕਨੇਡਾ ਉਹਨਾਂ ਵੱਲੋਂ ਇੱਕ ਮੋਟਰਸਾਈਕਲ ਆਉਂਦੇ ਸਾਲ ਨੂੰ ਖਿਡਾਰੀ ਦੋਨੇ ਦੀ ਖੇਡਾਂ ਵਾਸਤੇ ਸਪੌਂਸਰ ਕੀਤਾ ਜਾਵੇਗਾ ਦੂਜਾ ਮੋਟਰਸਾਈਕਲ ਬਲਵਿੰਦਰ ਸਿੰਘ ਜੀ ਸਰਪੰਚ ਅਤੇ ਕਮਲ ਜੀ ਕੰਬਾ ਉਹਨਾਂ ਵੱਲੋਂ ਸਾਡੇ ਵੀਰ ਪਰਮਜੀਤ ਪੰਮੇ ਦਾ ਆਉਂਦੇ ਸਾਲ ਨੂੰ 2017 ਦੇ ਕਬੱਡੀ ਖੇਡ ਮੇਲੇ ਵਿੱਚ ਮੋਟਰਸਾਈਕਲ ਦੇ ਨਾਲ ਮਾਨ ਸਨਮਾਨ ਕੀਤਾ ਜਾਵੇਗਾ ਤੀਜਾ ਮੋਟਰਸਾਈਕਲ ਸਾਡੇ ਵੀ ਸਿੰਦਰਪਾਲ ਜੂਕੇ ਵੱਲੋਂ ਆਉਂਦੇ ਸਾਲ ਨੂੰ ਵਧੀਆ ਟੀਮ ਦੇ ਵਧੀਆ ਜਾਫੀ ਵਾਸਤੇ ਇੱਕ ਮੋਟਰਸਾਈਕਲ ਸਪੌਂਸਰ ਕੀਤਾ ਜਾਵੇਗਾ ਚੌਥਾ ਮੋਟਰਸਾਈਕਲ ਸਾਡੇ ਵੀਰ ਕੁਲਵੀਰ ਸਿੰਘ ਜੀ ਖੈੜਾ ਸਤਨਾਮ ਸਿੰਘ ਜੀ ਖੈੜਾ ਜੱਗਾ ਮੱਲੀ ਕੁਲਵਿੰਦਰ ਸਿੰਘ ਜੀ ਕਿੰਦਾ ਸਾਡੇ ਸਾਬਕਾ ਪ੍ਰਧਾਨ
ਉਹਨਾਂ ਵੱਲੋਂ ਮਿਲ ਕੇ ਚਾਰਾਂ ਦੋਸਤਾਂ ਵੱਲੋਂ ਇੱਕ ਵਧੀਆ ਰੇਡਰ ਵਾਸਤੇ ਇਹ ਮੋਟਰਸਾਈਕਲ ਆਉਂਦੇ ਸਾਲ ਨੂੰ ਸਪੌਂਸਰ ਕੀਤਾ ਜਾਵੇਗਾ। ਤੇ ਪੰਜਵਾਂ ਮੋਟਰਸਾਈਕਲ ਸਾਡੇ ਵੀਰ ਸਤਨਾਮ ਸਿੰਘ ਜੀ ਮੈਂਬਰ ਪੰਚਾਇਤ, ਜਗੀਰ ਸਿੰਘ ਜੀ ਖੈੜਾ, ਬਿੰਦੂ ਪ੍ਰਧਾਨ ਜੀ ਸਾਡੇ ਕਲੱਬ ਦੇ ਤੇ ਗੀਤੂ ਆਸਟ੍ਰੇਲੀਆ, ਉਹਨਾਂ ਵੱਲੋਂ ਮਿਲ ਕੇ ਆਉਂਦੇ ਸਾਲ ਨੂੰ ਇਹ ਪੰਜਵਾਂ ਮੋਟਰਸਾਈਕਲ ਇਸੇ ਸਟੇਡੀਅਮ ਦੇ ਵਿੱਚ ਇਸੇ ਨਗਰ ਦੇ ਵਿੱਚ 2017 ਦੀਆਂ ਖੇਡਾਂ ਵਿੱਚ ਸਪੌਂਸਰ ਕੀਤਾ ਜਾਵੇਗਾ। ਅੱਧੇ ਸਮੇਂ ਦੇ ਵਿੱਚ 6 ਨੰਬਰ ਨੇ ਟਿੱਬੇ ਦੀ ਟੀਮ ਦੇ ਤੇ 9.5 ਨੰਬਰ ਨੇ ਭਾਣੂ ਲੰਗੇ ਦੀ ਟੀਮ ਦੇ। 9.5 ਤੇ 6 ਦੇ ਮੁਕਾਬਲੇ ਇਹ ਬਹੁਤ ਸ਼ਾਨਦਾਰ ਮੈਚ ਚੱਲਦਾ ਹੋਇਆ। ਕੋਹਾਲਾ ਤੇ ਨਲ ਮਾਨਕ ਅਗਲੇ ਮੈਚ ਦੀਆਂ ਟੀਮਾਂ ਹੋਣਗੀਆਂ, ਸੋ ਟੀਮਾਂ ਨੂੰ ਬੇਨਤੀ ਕੋਹਾਲਾ ਤੇ ਨਲ ਮਾਨਕ ਉਹ ਜਲਦੀ ਨਾਲ ਅਗਲੇ ਮੈਚ ਨੂੰ ਖੇਡਣ ਵਾਸਤੇ ਗਰਾਊਂਡ ਵਿੱਚ ਰਿਪੋਰਟ ਕਰਨ। ਰਿੰਕੂ ਸਾਡਾ ਵੀ ਕਨੇਡਾ ਤੇ ਹਨੀ ਕਨੇਡਾ, ਇਹਨਾਂ ਵੱਲੋਂ ਜਿਹੜਾ ਮੋਟਰਸਾਈਕਲ ਹੋਵੇਗਾ ਉਹ ਫੁੱਟਬਾਲ ਦੀ ਵਧੀਆ ਟੀਮ ਅਤੇ ਐਜ਼ ਏ ਸਪੌਂਸਰ ਵਧੀਆ ਖਿਡਾਰੀ ਫੁੱਟਬਾਲ ਸਾਡੇ ਰਿੰਕੂ ਜੀ ਅਤੇ ਹਨੀ ਜੀ ਕਨੇਡਾ ਵਾਲੇ, ਇਹ ਫੁੱਟਬਾਲ ਦੀ ਵਧੀਆ ਟੀਮ ਅਤੇ ਇਹ ਮੋਟਰਸਾਈਕਲ ਇਸ ਖੇਡ ਮੈਦਾਨ ਵਿੱਚ ਜਾਰੀ ਕਰਨਗੇ। ਦਵਿੰਦਰ ਸਿੰਘ ਜੀ ਸੰਧੂ ਸਾਡੇ ਅੰਤਰਰਾਸ਼ਟਰੀ ਫੁੱਟਬਾਲਰ, ਉਹਨਾਂ ਦੀ ਨਿੱਘੀ ਯਾਦ ਵਿੱਚ ਇਹ ਸੰਧੂ ਪਰਿਵਾਰ ਵੱਲੋਂ ਜਿਹੜੇ ਮਾਨ ਸਨਮਾਨ ਆਉਂਦੇ ਸਾਲ ਨੂੰ ਇਹ ਦਿੱਤੇ ਜਾਣਗੇ। ਸ਼ਰਧਾ ਦੇ ਫੁੱਲ ਅਰਪਣ ਹੁੰਦੇ ਨੇ, ਜਿਹੜੇ ਸਾਡੇ ਕੋਲ ਨਹੀਂ ਰਹੇ ਉਹਨਾਂ ਦੀਆਂ ਆਪਾਂ ਯਾਦਾਂ ਨੂੰ ਤਾਜ਼ੀ ਕਰਾਂਗੇ, ਕਿਉਂਕਿ ਉਹਨਾਂ ਦੇ ਕੀਤੇ ਹੋਏ ਕੰਮ ਸਾਨੂੰ ਕਦੇ ਵੀ ਨਹੀਂ ਭੁੱਲਦੇ। ਜਾਣ ਵਾਲੇ ਤੁਰ ਜਾਂਦੇ ਨੇ, ਭਾਣੇ ਵਾਪਰ ਜਾਂਦੇ ਨੇ, ਕਿ ਜਾਣਾ ਸਭ ਨੇ ਵਾਰੋ ਵਾਰੀ, ਅੱਜ ਨਹੀਂ ਤੇ ਭਲ ਕੇ ਤਿਆਰੀ, ਨਾਲ ਦਮਾਂ ਦੇ ਕਾਹਦੀ ਯਾਰੀ, ਦਮ ਦਾ ਕੀ ਵਿਸਾ ਤੇ ਦਮ ਦਾ ਕੀ ਵਿਸਾ। ਬਹੁਤ ਸ਼ਾਨਦਾਰ ਮੈਚ ਚੱਲਦਾ ਹੋਇਆ ਖੇਡ ਮੈਦਾਨ ਦੇ ਵਿਚਕਾਰ। ਲਓ ਇਧਰਲੇ ਪਾਸੇ ਵੇਖਾਂਗੇ ਵੀ ਇਹ ਕਹਿੰਦੇ ਮੀਲਾ ਕਬੱਡੀ ਪਾ ਕੇ, ਤੇ ਆਹ ਕਹਿੰਦੇ ਮਹਾਨ ਜਾਫੀ ਹੈ ਬਿੰਦਰ ਟਿੱਬੇ ਪਿੰਡ ਦਾ, ਜਿਹੜਾ ਜਿੰਦੂ ਟਿੱਬੇ ਦੀ, ਰੂਬੀ ਟਿੱਬੇ ਦੀ ਬਦੌਲਤ, ਬਾਂਕਾ ਮਨਸੂਰਵਾਲ ਦੀ ਬਦੌਲਤ 2012 ਤੇ 13 ਦੇ ਸਾਲਾਂ ਵਿੱਚ ਯੂਰਪ ਦੇ ਮੈਦਾਨ ਵਧੀਆ ਕਬੱਡੀ ਖੇਲਿਆ। ਲਓ ਬਿੰਦਰ ਟਿੱਬੇ ਵਾਲਾ ਕਮਾਲ ਕਰਦਾ ਹੋਇਆ, 3 ਨੰਬਰ ਟਿੱਬੇ ਦੀ ਟੀਮ ਅਤੇ ਜੁੜਦਾ ਹੋਇਆ। ਆਹ ਕਹਿੰਦੇ ਕੁਲਬੀਰ ਸਿੰਘ ਕਾਲੀ ਕਬੱਡੀ ਪਾਉਂਦਾ ਹੋਇਆ, ਇੱਕੋ ਪਰਿਵਾਰ ਦੇ 3 ਖਿਡਾਰੀ ਕਬੱਡੀ ਖੇਡਦੇ ਹੈ, ਸਾਫ ਬਿੰਦਾ ਤੇ ਕਾਲੀ। ਉਹਦੇ ਪਾਸੇ ਰੇਲਵੇ ਦੇ ਕਹਿੰਦੇ ਵੀ ਲਾਈਨਾਂ ਉੱਪਰ ਭਾਰਤੀ ਰੇਲਵੇ ਦੀ ਲਾਈਨ ਲੰਘਦੀ ਹੋਈ, ਇਹਦੇ ਪਾਸੇ ਨੰਬਰ ਸਾਡੇ ਪੰਡਿਤ ਜੀ ਵਿਸਲ ਮਾਰਦੇ ਹੋਏ ਕਿ ਨੰਬਰ ਚੱਲਦੇ ਹੋਏ ਮੈਚ ਵਿੱਚ ਪਾਲੂ ਲੰਗੇ ਦੀ ਟੀਮ ਅਤੇ ਜੁੜਦਾ ਹੋਇਆ। ਸਾਡੇ ਬਹੁਤ ਹੀ ਸਤਿਕਾਰਯੋਗ ਨੇ ਸਾਡੇ ਸ਼ਰਨਜੀਤ ਸਿੰਘ ਜੀ ਕਨੇਡਾ, ਰਣਜੀਤ ਸਿੰਘ ਜੀ ਤੂਰ ਆਸਟ੍ਰੇਲੀਆ, ਸਾਡੇ ਸਤਿਕਾਰਯੋਗ ਨੇ ਮੇਰੇ ਵੀਰ ਸਤਨਾਮ ਸਿੰਘ ਜੀ ਸੋਢੀ ਸਾਹਿਬ, ਦਵਿੰਦਰ ਸਿੰਘ ਜੀ ਲੰਬੜਾ ਹਰਿਸਨਗਰ ਦੇ ਖਿਡਾਰੀ, ਪਰਮਵੀਰ ਅਜੇ, ਸੰਦੀਪ, ਰਮਨਦੀਪ, ਕੁੱਦੇ ਵਰਗੇ, ਸੁਖਚੈਨ ਵਰਗੇ, ਸੰਨੀ ਵਰਗੇ, ਜੋਤੀ ਮੋਤੀ ਵਰਗੇ, ਨਿੱਕੇ ਵਰਗੇ, ਇਹ ਮਾਣਯੋਗ ਨੇ। ਲਓ ਇਧਰਲੇ ਪਾਸੇ ਕਹਿੰਦੇ ਵੀ ਕਿੰਦਾ ਕਬੱਡੀ ਪਾਉਂਦਾ ਹੋਇਆ, ਜਾਫੀ ਵੀ ਹੈ ਅਤੇ ਰੇਡਰ ਵੀ ਹੈ। ਅੱਜ ਟਿੱਬੇ ਦੀ ਟੀਮ ਦੇ 2 ਖਿਡਾਰੀ ਜ਼ਖਮੀ ਨੇ, ਇਸ ਕਰਕੇ ਅੱਜ ਜਾਫੀ ਜਿਹੜੇ ਹੈ ਉਹ ਕਬੱਡੀ ਪਾਉਂਦੇ ਹੋਏ 3 ਨੰਬਰ ਕਿੰਦਾ ਟਿੱਬੇ ਵਾਲਾ ਆਪਣੀ ਟੀਮ ਅਤੇ ਜੁੜਦਾ ਹੋਇਆ। ਅੱਜ ਬਹੁਤ ਵੱਡੇ ਮਾਣ ਹੋਣਗੇ ਸਾਡੇ ਸਤਿਕਾਰਯੋਗ, ਸਾਡੇ ਮਾਣਯੋਗ ਜਨਾਬ ਮੱਖਣ ਵਾਲੀ ਜੀ, ਜਿਨ੍ਹਾਂ ਦਾ ਸੋਨੇ ਦੀ ਮੁੰਦੀ ਨਾਲ ਸਾਡੇ ਰੂਬੀ ਜੀ, ਰਿੰਕੂ ਜੀ, ਹਨੀ ਕਨੇਡਾ ਵਾਲੇ, ਸੋਨੂ ਜੱਗਾ ਬਿੰਦਾ USA ਵੱਲੋਂ ਅੱਜ ਮੱਖਣ ਵਾਲੀ ਜੀ ਦਾ ਸੋਨੇ ਦੀ ਮੁੰਦੀ ਨਾਲ ਮਾਨ ਸਨਮਾਨ ਹੋਵੇਗਾ। ਸਰਦਾਰ ਜਗਤਾਰ ਸਿੰਘ ਜੀ ਮੱਲੀ ਸਾਹਿਬ, ਵਿਸ਼ੇਸ਼ ਧੰਨਵਾਦ ਕਰਦੇ ਹਾਂ, ਰੁਪਈਆ 5100। ਸਰਦਾਰ ਜਗਤਾਰ ਸਿੰਘ ਜੀ ਕੋਠੇ ਈਸ਼ਰਵਾਲ, ਔਰ ਇੱਕ ਮੇਰਾ ਵੀਰ ਆ ਕਾਨੀ ਸੱਜਣ, ਕਹਿੰਦਾ ਮੇਰਾ ਨਾਂ ਨਹੀਂ ਲੈਣਾ, ਰੁਪਈਆ 2100 ਉਹ ਵੀ ਮੈਨੂੰ ਦੇ ਕੇ ਗਿਆ ਆ, ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਅਸੀਂ ਹੁਣੇ ਹੀ ਗੱਲ ਕਰ ਰਹੇ ਸੀ ਸਰਦਾਰ ਕੁੰਦਨ ਸਿੰਘ ਜੀ ਖੈੜਾ ਸਾਹਿਬ ਨਾਲ, ਔਰ ਉਹਨਾਂ ਨੇ ਮੈਨੂੰ ਕਿਹਾ ਵਾ ਬਈ ਤੁਸੀਂ ਜਦੋਂ ਟੂਰਨਾਮੈਂਟ ਕਰਾਉਂਦੇ ਆ ਕਬੱਡੀ ਓਪਨ ਦਾ, ਜਿੰਨਾ ਵੀ ਪ੍ਰਾਈਜ਼ ਰੱਖੋਗੇ ਉਹ ਖੈੜਾ ਪਰਿਵਾਰ ਵੱਲੋਂ ਹੋਇਆ ਕਰੂਗਾ, ਔਰ ਬਹੁਤ ਵੱਡਾ ਮਾਣ ਆ ਇਹ ਜੋ ਸਟੇਡੀਅਮ ਹੈ ਉਹਨਾਂ ਦੀ ਦੇਣ, ਔਰ ਜੋ ਤੁਸੀਂ ਪਰਲੇ ਪਾਸੇ ਬਿਲਡਿੰਗ ਦੇਖ ਰਹੇ ਹੋ, ਔਰ ਜਾਂ ਤੁਸੀਂ ਜਦੋਂ ਗੇਟ ਦੇ ਉੱਤੇ ਐਂਟਰੀ ਕਰਦੇ ਆ, ਇਹ ਵੀ ਸਰਦਾਰ, ਇਹ ਸਾਰੀ ਖੈੜਾ ਪਰਿਵਾਰ ਦੀ ਹੀ ਦੇਣ ਹੈ। ਓਪਨ ਕਲੱਬ ਦਾ ਜਿੰਨਾ ਵੀ ਪਹਿਲਾ ਪ੍ਰਾਈਜ਼ ਹੋਇਆ ਕਰੂਗਾ ਉਹ ਸਰਦਾਰ ਕੁੰਦਨ ਸਿੰਘ ਜੀ ਖੈੜਾ, ਸਰਦਾਰ ਸੰਤੋਖ ਸਿੰਘ ਜੀ ਖੈੜਾ, ਸੁਖਜਿੰਦਰ ਸਿੰਘ ਜੀ ਖੈੜਾ ਅਤੇ ਸਰਦਾਰ ਸਵਰਨ ਸਿੰਘ ਜੀ ਖੈੜਾ,
ਇਹਨਾਂ ਵੱਲੋਂ ਹੋਇਆ ਕਰੂਗਾ। ਅਸੀਂ ਖੈੜਾ ਯੂਥ ਕਲੱਬ ਵੱਲੋਂ ਔਰ ਗ੍ਰਾਮ ਪੰਚਾਇਤ ਖੈੜਾ ਵੱਲੋਂ ਸਮੂਹ ਨਗਰ ਨਿਵਾਸੀਆਂ ਵੱਲੋਂ ਇਹਨਾਂ ਦਾ ਵਿਸ਼ੇਸ਼ ਧੰਨਵਾਦ ਕਰਦੇ ਹਾਂ ਜੀ। ਜਿੰਨੇ ਵੀ ਮਾਨ ਸਨਮਾਨ ਪਹਿਲੇ ਪ੍ਰਾਈਜ਼ ਹੋਣਗੇ ਖੈੜੇ ਪਰਿਵਾਰ ਦੇ ਵੱਲੋਂ ਹਰ ਸਾਲ ਸਪੌਂਸਰ ਹੋਣਗੇ। ਲਓ ਇਧਰਲੇ ਪਾਸੇ ਬੰਦਾ ਕਮਾਲ ਕਰਦਾ ਹੋਇਆ ਔਰ ਸਾਡੇ ਦੇਵ ਖੈੜਾ ਜੀ ਦੀ ਬਾਂਝੀ ਜਿਹਨਾਂ ਦਾ ਅੱਜ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਹੋਵੇਗਾ। ਲਓ ਇਧਰਲੇ ਪਾਸੇ ਜਿੰਦੂ ਟਿੱਬੇ ਹੋਣੀ ਅਮਨ ਟਿੱਬੇ ਹੋਣੀ ਸਾਡੇ ਕੋਲ ਪਹੁੰਚੇ ਹੋਏ ਹੈ। ਲਓ ਉਸੇ ਨਗਰ ਦਾ ਕਹਿੰਦੇ ਬਿੰਦਾ ਟਿੱਬੇ ਵਾਲਾ ਮੈਦਾਨ ਵਿੱਚ ਲੱਗ ਕੇ ਜੱਫਾ ਇੱਕ ਆਪਣੀ ਟੀਮ ਅਤੇ ਹੋਰ ਨੰਬਰ ਦਾ ਵਾਧਾ ਕਰਦਾ ਹੋਇਆ। ਸਾਡੇ 9 ਨੰਬਰ ਨੇ ਪਾਲੂ ਲੰਗੇ ਦੇ ਤੇ 6 ਨੰਬਰ ਸੀ ਅੱਧੇ ਸਮੇਂ ਵਿੱਚ ਟਿੱਬੇ ਦੇ। ਹੁਣ ਵੇਖਾਂਗੇ ਕਿੰਨੇ ਨੰਬਰ ਲੈ ਕੇ ਦੋਨਾਂ ਟੀਮਾਂ ਵਿੱਚੋਂ ਟੀਮ ਜੇਤੂ ਕਿਹੜੀ ਬਣਦੀ ਹੈ। ਲਓ ਕਹਿੰਦਾ ਟਿੱਬੇ ਵਾਲਾ ਕਬੱਡੀ ਪਾਉਂਦਾ ਹੋਇਆ ਸਰ ਕੁਲਦੀਪ ਸਿੰਘ ਦਾ ਕਹਿੰਦੇ ਪੁੱਤਰ ਆਏ ਔਰ ਕੁਲਵਿੰਦਰ ਸਿੰਘ ਨੂੰ ਪਿਆਰ ਨਾਲ ਕਹਿੰਦਾ ਕਹਿੰਦੇ ਆ। ਆਹ ਕਹਿੰਦੇ ਵੀ ਖਿਡਾਰੀ ਕੈਨੇਡਾ ਤੋਂ ਥੋੜ੍ਹੇ ਦਿਨ ਪਹਿਲਾਂ ਵਾਪਸ ਆਇਆ। ਲਓ ਥਿਕਲੀ ਪਿੰਡ ਦਾ ਪਿੰਡਾ ਕਮਾਲ ਕਰਦਾ ਹੋਇਆ ਜਿਹੜਾ 2000 ਕਹਿੰਦੇ ਵੀ 14 ਤੇ 15 ਇੰਗਲੈਂਡ ਕਬੱਡੀ ਖੇਲਿਆ ਤੇ ਹੁਣ ਪੱਕੇ ਤੌਰ ਤੇ ਕੈਨੇਡਾ ਵਸ ਗਿਆ ਪਰ ਨੰਬਰ ਕਹਿੰਦੇ ਵੀ ਧਾਵੀ ਦਾ ਨੰਬਰ ਟਿੱਬੇ ਦੀ ਟੀਮ ਜੁੜਦਾ ਹੋਇਆ। ਲਓ ਸਾਹਮਣੇ ਮਹਾਨ ਖਿਡਾਰੀ ਕਬੱਡੀ ਪਾਉਂਦਾ ਹੋਇਆ ਕੁਹਾਲੇ ਦੀ ਟੀਮ ਨੂੰ ਬੇਨਤੀ ਜਲਦੀ ਆ ਜਾਵੇ ਆ ਚੁੱਕੀ ਹੈ ਨਾਲ ਹੀ ਬੇਨਤੀ ਕਰਦੀ ਹੈ ਨਲ ਮਾਨਕ ਦੀ ਟੀਮ ਨੂੰ ਕਿ ਨਲ ਮਾਨਕ ਦੀ ਟੀਮ ਗਰਾਊਂਡ ਵਿੱਚ ਆਵੇ ਤੇ ਆਹ ਕਹਿੰਦੇ ਵੀ ਕਾਲੀ ਦਾ ਵੀਰ ਹੈ ਸਾਹਿਬ ਜਿਹਦਾ ਇਸ ਮੈਚ ਵਿੱਚ ਲਗਭਗ 3ਜਾ ਜੱਫਾ ਹੋਵੇਗਾ ਇਹ ਦਰਸ਼ਕ ਜ਼ਰੂਰ ਨੋਟ ਕਰਦੇ ਹੋਣਗੇ ਤੇ ਪਰਮਜੀਤ ਸਿੰਘ ਜੀ ਟਿੱਬਾ ਵੇਖਾਂਗੇ ਵੀ ਹੁਣ ਵਿਸਲ ਕਿਹਦੇ ਹੱਕ ਵਿੱਚ ਮਾਰਨਗੇ। ਲਓ ਲਗਭਗ ਨੰਬਰ ਇਹ ਟਿੱਬੇ ਦੀ ਟੀਮ ਉੱਤੇ ਜੁੜਦਾ ਹੋਇਆ ਨੰਬਰ ਜਾਫੀ ਦਾ ਨੰਬਰ ਟਿੱਬੇ ਦੀ ਟੀਮ ਉੱਤੇ ਜੁੜਦਾ ਹੋਇਆ। ਉੱਧਰ ਬਾਬਾ ਅਮਰੀਕ ਸਿੰਘ ਜੀ ਸਿਦਮਾ ਦੋਨਾਂ ਵਾਲੇ ਭਾਈ ਘਨੱਈਏ ਵਾਲੀ ਸੇਵਾ ਕਰਦੇ ਨੇ ਕਿ ਚਾਰੇ ਪਾਸੇ ਹਾਜ਼ਰਾ ਹਜ਼ੂਰ ਦਿਖਦਾ ਪਾਣੀ ਜਿਹਨੂੰ ਵੀ ਪਲਾਵਾਂ ਤੇਰਾ ਨੂਰ ਦਿਖਦਾ। ਆਹ ਕਹਿੰਦੇ ਮਹਾਨ ਜਾਫੀ ਹੈ ਕਹਿੰਦੇ ਇਸ ਵੇਲੇ ਨਿੱਪੀ ਭਾਲੂ ਲੰਗੇ ਦਾ ਜਿਹੜਾ 2010 ਵਿੱਚ ਇੰਗਲੈਂਡ ਤਕੜੀ ਕਬੱਡੀ ਖੇਲਿਆ। ਲਓ ਜੱਫਾ ਲਾ ਕੇ ਕਮਾਲ ਕਰੇਗਾ ਦਰਸ਼ਕ ਤਾੜੀਆਂ ਜ਼ੋਰਦਾਰ ਮਾਰਨਗੇ ਨੰਬਰ ਜਿੱਧਰਲੇ ਪਾਸੇ ਮਰਜ਼ੀ ਹੋਵੇ। ਲਓ ਇਹ ਨੰਬਰ ਤਾੜੀਆਂ ਵਾਲਾ ਲਓ ਨੰਬਰ ਕਹਿੰਦੇ ਵੀ ਇਸ ਵੇਲੇ ਨਿੱਪੀ ਭਾਲੂ ਲੰਗੇ ਵਾਲਾ ਆਪਣੀ ਟੀਮ ਅਤੇ ਸ਼ਾਨਦਾਰ ਨੰਬਰ ਦਾ ਵਾਧਾ ਕਰਦਾ ਹੋਇਆ। ਲਓ ਨਵੀਂ ਅਗਲੀ ਕਬੱਡੀ ਪਾਉਂਦਾ ਹੋਇਆ ਕਿ ਉੱਚਾ ਲੰਮਾ ਗੱਭਰੂ ਉਹਦੀ ਉੱਚੀ ਲੰਮੀ ਹੇਕ ਆਲੇ ਮਾਏ ਸਾਂਭਾ ਤੇ ਮੈਨੂੰ ਮੁੰਡਾ ਲੈਣ ਦੇਵੇ। ਬੰਦਾ ਫਿਰ ਕੋਸ਼ਿਸ਼ ਕਰਦਾ ਹੋਇਆ ਇੱਕ ਨੰਬਰ ਤੋਂ ਪਰ ਨੰਬਰ ਕਹਿੰਦੇ ਵੀ ਹੈ ਨਹੀਂ ਇਸ ਵੇਲੇ ਇਹ ਸ਼ਾਨਦਾਰ ਕਬੱਡੀ ਪਾ ਕੇ ਪਾਲੂ ਲੰਗੇ ਦੀ ਟੀਮ ਅਤੇ ਨੰਬਰ ਦਾ ਵਾਧਾ ਕਰਦਾ ਹੋਇਆ। ਅਗਲੇ ਮੈਚ ਵਾਸਤੇ ਬੇਨਤੀ ਕਰਦੀ ਨਲ ਮਾਨਕ ਦੀ ਟੀਮ ਨੂੰ ਨਲ ਮਾਨਕ ਦੀ ਟੀਮ ਗਰਾਊਂਡ ਵਿੱਚ ਪਹੁੰਚੇ ਸਾਡੇ ਵੀਰ ਮੀਕਾ ਚਾਹਲ ਜੀ ਖੁਦ ਗਰਾਊਂਡ ਦੇ ਵਿੱਚ ਪਹੁੰਚੇ ਨੇ ਪਾਲੂ ਲੰਗੇ ਕਬੱਡੀ ਟੀਮ ਦੇ ਕੋਚ ਨੇ ਮੀਕਾ ਚਾਹਲ ਜੀ। ਲਓ ਇਹਦੇ ਪਾਸੇ ਕਹਿੰਦਾ ਕਬੱਡੀ ਪਾਉਂਦਾ ਹੈ ਇੱਕ ਪਾਸੇ ਨਿੱਪੀ ਨਾਲ ਪੈਂਦਾ ਹੈਰੀ ਤੇ ਨਿੱਪੀ ਇਹ ਚਾਰ ਜਾਫੀ ਨੇ ਗਰਾਊਂਡ ਦੇ ਵਿਚਕਾਰ ਤੇ ਆਹ ਹੈ ਹਿੰਦਾ ਜਿਹੜਾ ਕਹਿੰਦੇ ਵੀ ਇਟਲੀ ਤੋਂ ਵਾਪਸ ਪਹੁੰਚਿਆ ਔਰ ਜੱਫਾ ਲਾ ਕੇ ਕਮਾਲ ਕਰਦਾ ਹੋਇਆ ਇਹ ਹੈ ਕਹਿੰਦੇ ਵੀ ਹਿੰਦਾ ਭਾਲੂ ਲੰਗੇ ਦਾ ਔਰ ਨੰਬਰ ਜਾਫੀ ਦਾ। ਚੱਲ ਵੀ ਮੱਲਾ ਪਾ ਕਬੱਡੀ ਕਿ ਜੇ ਅਖਾੜਾ ਹੈ ਜੋਹਰ ਅਜਮਾਨੇ ਕੇ ਲੀਏ ਜੋ ਚਾਹੇ ਜ਼ੋਰ ਅਜਮਾ ਸਕਦਾ ਹੈ ਕਿ ਜੇ ਅਖਾੜਾ ਹੈ ਜ਼ੋਰ ਅਜਮਾਨੇ ਕੇ ਲੀਏ। ਨਲ ਮਾਨਕ ਦੀ ਟੀਮ ਵੀ ਸਾਡੇ ਕੋਲ ਪਹੁੰਚ ਚੁੱਕੀ ਹੈ। ਉਸ ਤੋਂ ਬਾਅਦ ਬੇਨਤੀ ਕਰ ਦਈਏ ਬਹੁਤ ਵੱਡਾ ਮੈਚ ਹੋਵੇਗਾ ਤਲਵੰਡੀ ਚੌਧਰੀਆਂ ਤੇ ਖੀਰਾਂ ਵਾਲੀ ਦਾ। ਹੈਲੋ ਗਿੰਦਰ ਕੜਾਲਾ ਜੀ ਉਹ ਵੀ ਸਾਡੇ ਦਰਮਿਆਨ ਪਹੁੰਚੇ ਆ। ਅਸੀਂ ਖੈੜਾ ਯੂਥ ਕਲੱਬ ਵੱਲੋਂ ਔਰ ਗ੍ਰਾਮ ਪੰਚਾਇਤ ਖੈੜਾ ਦੋਨਾਂ ਵੱਲੋਂ ਇੱਥੇ ਆਉਣ ਤੇ ਜੀ ਆਇਆਂ ਆਖਦੇ ਹਾਂ ਔਰ ਮੇਰਾ ਵੀਰ ਇੱਥੇ ਉੱਪਰ ਸਟੇਜ ਦੇ ਉੱਤੇ ਆ ਜਾਵੇ ਗਿੰਦਰ ਕੜਾਲਾ ਜੀ ਬਹੁਤ ਬਹੁਤ ਧੰਨਵਾਦ ਆ ਗਿੰਦਰ ਕੜਾਲਾ ਜੀ ਦਾ ਇੱਥੇ ਆਉਣ ਤੇ। ਮੇਰੇ ਨਾਲ ਸੁਖਵਿੰਦਰ ਸਿੰਘ ਜੀ ਆਏ ਆ ਉਹ ਦੋਨੋਂ ਮੇਰੇ ਵੀਰ ਉੱਪਰ ਸਟੇਜ ਦੇ ਉੱਤੇ ਆ ਜਾਣ ਮੰਚ ਤੇ। ਹਾਂਜੀ ਕਮਿਟ ਜੀ ਇਸ ਮੈਚ ਦੀ ਸਮਾਪਤੀ ਹੋ ਚੁੱਕੀ ਹੈ। ਇਸ ਮੈਚ ਦੇ ਵਿੱਚ ਟਿੱਬਾ ਟੀਮ ਨੇ ਵਾਕਿਆ ਕਮਾਲ ਕੀਤਾ ਦਰਸ਼ਕ ਨੋਟ ਕਰਨਗੇ। ਸਾਡੇ 15 ਨੰਬਰ ਨੇ ਭਾਲੂ ਲੰਗੇ ਦੇ ਤੇ 17 ਨੰਬਰ ਨੇ ਟਿੱਬੇ ਦੇ। ਹੈਲੋ ਦੋਨੋਂ ਟੀਮਾਂ ਲਾਈਨ ਅਪ ਕਰਾ ਦਿਓ ਔਰ ਸਾਡੇ ਨੰਬਰਦਾਰ ਬਖਤਾਵਰ ਸਿੰਘ ਜੀ ਪ੍ਰੋਫੈਸਰ ਅਮਰਜੀਤ ਸਿੰਘ ਜੀ ਬਾਬਾ ਟਹਿਲ ਸਿੰਘ ਜੀ ਸਾਡੇ ਸੰਤੋਖ ਸਿੰਘ ਜੀ ਖੈੜਾ ਸਾਡੇ ਸਰਦਾਰ ਕੁੰਦਨ ਸਿੰਘ ਜੀ ਖੈੜਾ ਔਰ ਸਵਰਨ ਸਿੰਘ ਜੀ ਔਰ ਮਾਸਟਰ ਜਗੀਰ ਸਿੰਘ ਜੀ ਔਰ ਬੈਂਸ ਸਾਹਿਬ ਇਹ ਸਾਰੇ ਆਪਾਂ ਟੀਮਾਂ ਨੂੰ ਆਸ਼ੀਰਵਾਦ ਦੇਣ ਜਾਣਾ ਆ। ਦੋਨੋਂ ਟੀਮਾਂ ਲਾਈਨ ਅਪ ਕਰਾ ਦਿੱਤੀਆਂ ਜਾਣ ਔਰ ਇਹਨਾਂ ਦੀ ਅਗਵਾਈ ਨਾਲ ਰੋਸ਼ਨ ਖੈੜਾ ਜੀ ਸਟੇਟ ਅਵਾਰਡੀ ਸਾਹਿਬ ਉਹ ਕਰਨਗੇ
और नाल ही मैं बेनती करूंगा कि इन्हां एनआरआई वीरां दा विशेष धन्नवाद रोशन खेड़ा जी ने करना है और जिन्हें भी साडे एनआरआई वीर है उन्हां दा भी विशेष धन्नवाद करना है रोशन खेड़ा जी ने और दोनों टीम लाइनअप करा दिती जान दोनों टीम लाइनअप करा दिती जान और मेरे जिहड़े एनआरआई वीर आ उन्हां नूं आपां कैरी करके ग्राउंड दे विच लै जाणा दोनों टीमों को बेनती है टीम पुलिस लाइन पर हो जाएगियां साढ़े क्लब के सारे अहदेदार जी खड़ा साहब हैलो लख खुशियां पातशाहियां जे सतगुरु नजर करे खेड़ा दोना पिंड का 41वां खेड मेला जो इलाके दे खेड प्रेमियां इस पिंड हर वसनीक ते प्रवासी भारती दे सहयोग नाल करवाया जा रहा है। उस तो पहला मैं सारिया आईया टीमों का जिथे सत्कार करदा उन्होंने जिया भी आखदा खिडारियों का ते नाल एक बेनती करदा खिडारियों नूं मेरी बेनती है कि अज का दिन यह मां खेड कबड्डी नूं समर्पित है ये तुहानूं समर्पित है तुसीं जिन्ना सहयोग देवोंगे उस तो वध सहयोग असीं देवांगे ये ना देखना कि लाइटा लग गई कि रात का कबड्डी का जगराता होगा ये कबड्डी का जगराता नहीं तुम सानू सहयोग देवो कि तुम रेस्ट भी चाहिए है लगातार काफ़ी टीम वो तुम पौध भी चाहिए जिन्ना सहयोग देवोंगे उस तो वो सहयोग देवे ता कि यह खेड मेले जी रवायत पाई है यू असी परंपरागत चला सकी इस मेले साडे मान योग सरपंच साहब सरदार बलविंदर सिंह जी खेड़ा तो समूह नगर पंचायत और साडे यूथ क्लब के प्रधान बिंदू खेड़ा तो समूह क्लब मैंबरान जो लगातार दिन रात पब्बा भर होए पए ने इस कार्य को पूर्ण करने लिए समर्पित ने अज इस मेले के इस इन मैचों में इन बच्चों आशीर्वाद देने जा रहे हैं साडे बहुत ही सत्कारयोग सरदार कुंदन सिंह खेड़ा जी जो इंग्लैंड कबड्डी फेडरेशन के जनरल सकत्तर रहे हैं मैं ये गल बड़े फकर ना आखदा कि वह भी जमाना सी जो इंग्लैंड जांदियां टीमां नूं विजे भी लगनों हट गए सी और इन्हां दी बदौलत ये साडी मां खेड कबड्डी ये खेड़े दोने नूं मान जांदा कि सरदार कुंदन सिंह खेड़ा होरां ने वह अपनी ड्यूटी संभाल के और सैकड़े खिडारियों नूं विजे दवाए और इस विच मान जांदा कि इस पिंड तों देव खेड़ा जगदीप वंज गोना खेड़ा रूबी खेड़ा सनी खेड़ा ये सारे खिडारी इन्हां दी बदौलत ही इंग्लैंड खेडण गए आ और यह बहुत वड्डी गल है अपने ही इलाके का अपने पिंड का कोई व्यक्ति विशेष कोई कार्य करता है तो असी उसका धन्यवाद भी करना होंगे और इस पिंड अज 41वां असं खेड मेला करवा रहे हैं वो इस परिवार की बदौलत है सरदार जरनैल सिंह खेड़ा जिन्ह की याद में उन्होंने दो बेटे ने सरदार संतोख सिंह जी जोज भाजी सरदार सुखिंदर सिंह जी जिंदी भाजी उन्होंने अपने पिता की याद में साड़ी बेनती उत्ते यह स्टेडियम बनाया 1 करोड़ की लागत स्टेडियम बनया जो ये पूरे इलाके की माण वाली गल है आ टूरनामेंट तो पहला मैं सरदार कुंदन सिंह खेड़ा होरां नूं चाचा जी ने बेनती की कि टूरनामेंट शुरू होना है भी इसलिए कुछ आप करना है क्योंकि सरदार संतोख सिंह खेड़ा होरां ने यह ऐलान किया होया कि परिवार वालों खेड़ा ब्रदरस परिवार वालों जी नुमाइंदगी करते हैं सरदार कुंदन सिंह खेड़ा कर रहे हैं उन्होंने ऐलान किया तो अज तो देखा कि यह रंगदार स्टेडियम ये तिरंगा स्टेडियम ये असी रंग करवाया उन्होंने मैं 1 लाख रुपया भेजा कि इस स्कूल और इस स्टेडियम पूरा रंगदार रखना इतने जिते गरीब बच्चे इलाके 28 पिंड के बच्चे पढ़ते हैं और सरदार संतोख सिंह खेड़ा सरदार सुखिंदर सिंह खेड़ा सरदार स्वर्ण सिंह खेड़ा सरदार
ਕੁੰਦਨ ਸਿੰਘ ਖੇੜਾ ਹੋਰਾਂ ਦੀ ਬਹੁਤ ਵੱਡੀ ਸਰਪ੍ਰਸਤੀ ਹੈ, ਇਹਨਾਂ ਦੀ ਸਰਪ੍ਰਸਤੀ ਦਾ ਅਸੀਂ ਮਾਣ ਲੈ ਰਹੇ ਹਾਂ। ਇਹ ਇਮਾਰਤਾਂ, ਇਹ ਬੱਚਿਆਂ ਦੀਆਂ ਸਹੂਲਤਾਂ, ਇਹ ਖੇਡ ਸਟੇਡੀਅਮ ਇਹਨਾਂ ਦੀ ਬਦੌਲਤ ਆਇਆ। ਔਰ ਇਹਨਾਂ ਨੇ ਹੀ ਇਹਨਾਂ ਨੂੰ ਬੇਨਤੀ ਕੀਤੀ ਸੀ ਕਿ ਜੇ ਜਰਨੈਲ ਸਿੰਘ ਖੇੜਾ ਸਟੇਡੀਅਮ ਦੇ ਵਿੱਚ ਜੇ ਕਬੱਡੀ ਟੂਰਨਾਮੈਂਟ ਹੁੰਦਾ ਤਾਂ ਉਸਦਾ ਪਹਿਲਾ ਪ੍ਰਾਈਜ਼ ਜਿਹੜਾ ਹੈਗਾ ਉਹ ਵੀ ਇਸੇ ਪਰਿਵਾਰ ਵੱਲੋਂ ਆ, ਕਿਉਂਕਿ ਸਰਦਾਰ ਸੰਤੋਖ ਸਿੰਘ ਖੇੜਾ ਹੋਰਾਂ ਨੇ ਇਹ ਪਹਿਲਾਂ ਹੀ ਐਲਾਨ ਕੀਤਾ ਹੋਇਆ ਵੀ ਜੋ ਸਰਦਾਰ ਕੁੰਦਨ ਖੇੜਾ ਕਹਿਣਗੇ ਉਹ ਹੀ ਹੋਵੇਗਾ। 51,000 ਰੁਪਈਆ ਜਿਹੜਾ ਪਹਿਲਾ ਪ੍ਰਾਈਜ਼ ਦਾ ਜਾਣਾ ਹੈਗਾ ਉਹ ਵੀ ਸਰਦਾਰ ਸੰਤੋਖ ਸਿੰਘ ਖੇੜਾ ਪਰਿਵਾਰ ਵੱਲੋਂ ਦਿੱਤਾ ਜਾਣਾ। ਮੈਂ ਚਾਹੁੰਦਾ ਕਿ ਇਹ ਖੇੜਾ ਪਰਿਵਾਰ ਲਈ ਜ਼ੋਰਦਾਰ ਤਾੜੀਆਂ, ਮੈਂ ਚਾਹੁੰਦਾ ਕਿ ਤੁਸੀਂ ਜ਼ੋਰਦਾਰ ਤਾੜੀਆਂ ਜਦੋਂ ਮਾਰੋਗੇ ਉਹ ਜ਼ਰੂਰੀ ਆ ਕਿ ਇਹ ਅਸੀਂ ਇਹ ਸੇਵਾ ਹੋਰ ਵੀ ਲੈ ਸਕਾਂਗੇ, ਕਿਉਂਕਿ ਕਰਨ ਵਾਲੇ ਦਾ ਮਾਣ ਹੁੰਦਾ। ਔਰ ਇਸ ਸਕੂਲ ਦੇ ਵਿੱਚ ਸਾਡੇ ਪ੍ਰਿੰਸੀਪਲ ਸਰਦਾਰ ਅਮਰੀਕ ਸਿੰਘ ਜੀ ਨੰਡਾ ਸਾਹਿਬ, ਜਿਨ੍ਹਾਂ ਦੀ ਬਦੌਲਤ ਸਾਡੇ ਸਾਰੇ ਇਹ ਸਮੂਹ ਅਧਿਆਪਕ ਪੂਰਾ ਸਟਾਫ ਇਸ ਟੂਰਨਾਮੈਂਟ ਲਈ, ਇਸ ਸਕੂਲ ਲਈ, ਇਸ ਹਫ਼ਤਾ ਲਈ ਪੂਰਾ ਪੱਪਾਂ ਭਰ ਕੰਮ ਕਰ ਰਿਹਾ। ਸਰਦਾਰ ਅਮਰੀਕ ਸਿੰਘ ਨੰਡਾ ਜੀ, ਮੈਂ ਉਹਨਾਂ ਦਾ ਵੀ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦਾ ਜੋ ਆਪਣੀ ਟੀਮ ਦੇ ਨਾਲ ਇਸ ਸਕੂਲ 'ਚ ਨੇ ਇਸ ਕੰਮ ਕਰ ਰਹੇ ਨੇ। ਇਹਨਾਂ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ ਸਾਡੀ ਕੋਆਪਰੇਟਿਵ ਸੁਸਾਇਟੀ ਦੇ ਪ੍ਰਧਾਨ ਸਰਦਾਰ ਟਹਿਲ ਸਿੰਘ ਖੇੜਾ ਸਾਹਿਬ, ਔਰ ਸਾਡੇ ਸਰਪੰਚ ਸਾਹਿਬ ਬਲਵਿੰਦਰ ਸਿੰਘ ਖੇੜਾ ਜੀ, ਪ੍ਰੋਫੈਸਰ ਅਮਰਜੀਤ ਸਿੰਘ ਖੇੜਾ, ਔਰ ਲੰਬੜਦਾਰ ਬਖਤਾਵਰ ਸਿੰਘ ਜੀ ਖੇੜਾ, ਸਰਦਾਰ ਹਰਜੀਤ ਸਿੰਘ ਜੀ ਖੇੜਾ, ਨੰਬਰਦਾਰ ਕਮਲਜੀਤ ਸਿੰਘ ਜੀ ਖੇੜਾ, ਔਰ ਸਾਡੇ ਇਸ ਕਲੱਬ ਦੇ ਵਿੱਤ ਮੰਤਰੀ ਸਰਦਾਰ ਕੁਲਿੰਦਰ ਸਿੰਘ ਜੀ ਬਿੱਲੂ ਸਾਹਿਬ, ਔਰ ਬਹੁਤ ਵੱਡੀ ਦੇਣ ਹੈ ਇਹਨਾਂ ਭਰਾਵਾਂ ਦੀ। ਔਰ ਮੈਂ ਦੇਖਦਾ ਕਿ ਸਾਡੇ ਬਿੰਦੂ ਖੇੜਾ ਜੋ ਪ੍ਰਧਾਨ ਨੇ ਇਸ ਯੂਥ ਕਲੱਬ ਦੇ, ਉਹਨਾਂ ਦੀ ਅਗਵਾਈ ਦੇ ਵਿੱਚ ਸਾਰੇ ਉਹਨਾਂ ਦੇ ਮੈਂਬਰ, ਸਾਰੇ ਅਹੁਦੇਦਾਰ ਲਗਾਤਾਰ ਬਹੁਤ ਵੱਡਾ ਯਤਨ ਕੀਤਾ, ਮੈਂ ਉਹਨਾਂ ਨੂੰ ਵਧਾਈ ਦਿੰਦਾ। ਬੇਸ਼ੱਕ ਅਸੀਂ ਪਿਛਲੇ 40 ਸਾਲ ਤੋਂ ਟੂਰਨਾਮੈਂਟ ਕਰਾਉਂਦੇ ਆ ਰਹੇ ਹਾਂ, ਅੱਜ ਅਸੀਂ ਬੈਠ ਕੇ ਦੇਖ ਰਹੇ ਹਾਂ ਕਿ ਇਹਨਾਂ ਬੱਚਿਆਂ ਨੇ ਬੜੀ ਮਿਹਨਤ ਕੀਤੀ ਆ ਔਰ ਨਵੇਂ ਦਿਸ ਸੱਜ ਰਹੇ ਆ। ਅੱਜ ਇਹਨਾਂ ਦੇ ਕਰਕੇ ਹੀ ਸਾਨੂੰ ਦੇਸ਼ਾਂ ਵਿਦੇਸ਼ਾਂ ਤੋਂ ਹਾਕਾਂ ਵੱਜ ਰਹੀਆਂ ਕਿ ਟੂਰਨਾਮੈਂਟਾਂ ਦੇ ਵਿੱਚ ਮੋਟਰਸਾਈਕਲ ਦੇ ਰਹੇ ਨੇ। ਔਰ ਜਿੱਥੇ ਅਸੀਂ ਅੱਜ ਇਹ ਟੂਰਨਾਮੈਂਟ, ਸਾਡੇ ਸਾਬਕਾ ਫੁੱਟਬਾਲਰ ਸਵਾਦਿੰਦਰ ਸਿੰਘ ਜੀ ਸਿੱਧੂ ਸਾਹਿਬ ਜੋ ਪਿਛਲੇ ਸਾਲ ਨਹੀਂ ਰਹੇ, ਅਸੀਂ ਉਹਨਾਂ ਨੂੰ ਸਮਰਪਿਤ ਕੀਤਾ, ਅੱਜ ਉਹਨਾਂ ਦੀ ਯਾਦ ਨੂੰ ਸਮਰਪਿਤ ਹੈ, ਕਿਉਂਕਿ ਸਿੱਧੂ ਸਾਹਿਬ ਨੇ ਆਪਣੇ ਜੀਵਨ ਦੇ ਵਿੱਚ ਬੜੇ ਅੰਤਰਰਾਸ਼ਟਰੀ ਲੈਵਲ ਦੇ ਫੁੱਟਬਾਲਰ ਰਹੇ ਨੇ, ਉਹ ਸਾਡੇ ਦਰਮਿਆਨ ਨਹੀਂ ਰਹੇ। ਅੱਜ ਉਹਨਾਂ ਦੀ ਸ਼ਰਧਾਂਜਲੀ ਲਈ ਉਹ ਸਾਹਮਣੇ ਤਸਵੀਰ ਲੱਗੀ ਹੋਈ ਹੈ, ਅਸੀਂ ਸਾਰੇ ਯੂਥ ਕਲੱਬ ਵੱਲੋਂ, ਗ੍ਰਾਮ ਪੰਚਾਇਤ ਵੱਲੋਂ ਉਹਨਾਂ ਨੂੰ ਵੀ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ। ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਸਰਦਾਰ ਸਵਰਨ ਸਿੰਘ ਖੇੜਾ ਹੋਰਾਂ ਦਾ, ਬੈਂਸ ਸਾਹਿਬ ਹੋਰਾਂ ਦਾ, ਸਰਦਾਰ ਟਹਿਲ ਸਿੰਘ ਖੇੜਾ ਹੋਰਾਂ ਦਾ, ਬਖਤਾਵਰ ਸਿੰਘ ਨੰਬੜਦਾਰ ਜੀ ਦਾ, ਸਰਦਾਰ ਹਰਜੀਤ ਸਿੰਘ ਖੇੜਾ ਜੀ ਦਾ, ਸਰਦਾਰ ਕੁੰਦਨ ਸਿੰਘ ਖੇੜਾ ਜੀ ਦਾ, ਪ੍ਰੋਫੈਸਰ ਅਮਰਜੀਤ ਸਿੰਘ ਖੇੜਾ ਜੀ ਦਾ, ਇਹ ਤ੍ਰਿਲੋਕ ਜੀ ਜੋ ਕਹਿੰਦੇ ਪ੍ਰੈਸ ਸਾਹਿਬ ਇਹ ਫਾਈਨਲ ਆ, ਬਹੁਤ ਬਹੁਤ ਸ਼ੁਕਰਗੁਜ਼ਾਰ ਹੈ। ਬੈਂਸ ਸਾਹਿਬ ਤੁਸੀਂ ਅੱਗੇ ਵੀ ਆਏ ਸੀ ਟੂਰਨਾਮੈਂਟ 'ਤੇ, ਅੱਜ ਵੀ ਆਏ ਹੋ, ਇਹ ਪਿੰਡ ਦਾ ਏਕਾ ਵਾ, ਇਹ ਖੇੜਾ ਬ੍ਰਦਰ ਦਾ ਆਸ਼ੀਰਵਾਦ ਆ ਸਾਡੇ 'ਤੇ ਬਹੁਤ ਵੱਡਾ। ਔਰ ਕਰੋੜਾਂ ਰੁਪਈਆ ਇਸ ਸਕੂਲ ਲਈ, ਸੰਸਥਾ ਲਈ ਖਰਚ ਦੇਣਾ ਬਹੁਤ ਵੱਡੀ ਗੱਲ ਹੈ। ਮੈਂ ਇੱਕ ਛੋਟੀ ਜਿਹੀ ਕਹਾਣੀ ਮੈਨੂੰ ਮਨ 'ਚ ਆਉਂਦੀ ਹੈ। ਕਹਾਣੀ ਇਸ ਤਰ੍ਹਾਂ ਕਿ ਦੋ ਆਦਮੀ ਕਹਿੰਦੇ ਸਵਰਗਵਾਸ ਹੋਏ, ਅਤੇ ਉਹ ਜਦੋਂ ਕਹਿੰਦੇ ਯਮਰਾਜ ਕੋਲ ਬੈਠੇ ਨੇ, ਆਪਣਾ ਹਿਸਾਬ ਕਿਤਾਬ ਚੱਲ ਰਿਹਾ, ਅਤੇ ਯਮਰਾਜ ਨੇ ਉਹਨਾਂ ਦੋਨਾਂ ਨੂੰ ਪੁੱਛਿਆ ਵੀ ਤੁਹਾਡੀ ਕੋਈ ਮੰਗ, ਕੋਈ ਇੱਛਾ ਰਹਿ ਗਈ ਹੋਵੇ। ਤਾਂ ਦੋਹਾਂ ਨੇ ਇੱਕ ਗੱਲ ਆਖੀ, ਇਹ ਕਹਿੰਦਾ ਕਿ ਜ਼ਿੰਦਗੀ 'ਚ ਬਹੁਤ ਕਮਾਇਆ, ਬਹੁਤ ਕਮਾਇਆ, ਲੇਕਿਨ ਆਪਣਾ ਹੀ ਸਰਿਆ, ਅਤੇ ਮੇਰੀ ਇੱਛਾ ਰਹੀ ਹੈ ਜ਼ਿੰਦਗੀ ਦੀ ਕਿ ਮੇਰੇ ਕੋਲ ਪੈਸੇ ਆਈ ਜਾਣ, ਆਈ ਜਾਣ, ਆਈ ਜਾਣ, ਇਹ ਨਹੀਂ ਪੂਰੀ ਹੋ ਸਕੀ। ਅਤੇ ਕਹਿੰਦੇ ਮਹਾਰਾਜ ਨੇ ਕਿਹਾ ਵੀ ਤੇਰੀ ਇੱਛਾ ਪੂਰੀ ਅਗਲੇ ਜਨਮ ਦੇ ਵਿੱਚ। ਦੂਸਰੇ ਨੇ ਪੁੱਛਿਆ ਵੀ ਤੇਰੀ ਕਿਹੜੀ ਇੱਛਾ, ਉਹ ਕਹਿੰਦਾ ਮੇਰੀ ਇੱਛਾ ਇਹ ਆ ਕਿ ਪੈਸਾ ਬਹੁਤ ਕਮਾਇਆ, ਕੋਈ ਅੰਤ ਨਹੀਂ, ਮੇਰਾ ਸਰਦਾ ਰਿਹਾ, ਲੇਕਿਨ ਇੱਕ ਨਹੀਂ ਮੈਂ ਕੰਮ ਕਰ ਸਕਿਆ ਕਿ ਮੇਰੇ ਘਰ ਦਰ ਕੋਈ ਆਵੇ, ਕੋਈ ਭੁੱਖਾ ਆਵੇ ਤਾਂ ਮੈਨੂੰ ਰੋਟੀ ਦੇ ਸਕਾਂ, ਕੋਈ ਨੰਗਾ ਆਵੇ ਮੈਂ ਕੱਪੜਾ ਦੇ ਸਕਾਂ, ਜਾਂ ਮੈਂ ਸਮਾਜ ਲਈ ਸੇਵਾ ਕਰ ਸਕਾਂ। ਅਤੇ ਮਹਾਰਾਜ ਨੇ ਕਿਹਾ ਤੇਰੀ ਵੀ ਮੰਗ ਪੂਰੀ। ਲਾਲ ਜੀ ਇਹਨੂੰ ਭੇਜੀ, ਪਾਲ ਜੀ ਗੱਲ ਸੁਣਿਓ, ਤੁਹਾਡੇ ਸੁਣਨ ਵਾਲੀ ਗੱਲ ਹੈ। ਉਹਨਾਂ ਨੇ ਕਿਹਾ ਤੁਹਾਡੀ ਇਹ ਵੀ ਮੰਗ ਪੂਰੀ ਹੋਈ। ਕਹਿੰਦੇ ਦੋਨਾਂ ਨੂੰ ਜਨਮ ਮਿਲ ਗਿਆ, ਜਦੋਂ ਜਨਮ ਪੂਰਾ ਕੇ ਵਾਪਸ ਗਏ ਨੇ ਤੇ ਇਹ ਪਤਾ ਲੱਗਾ ਜਿਹੜਾ ਇਹ ਮੰਗ ਕਰਦਾ ਸੀ ਮੇਰੇ ਕੋਲ ਪੈਸਾ ਆਈ ਜਾਵੇ ਆਈ ਜਾਵੇ, ਉਹ ਭਿਖਾਰੀ ਬਣ ਗਿਆ। ਜਿਹੜਾ ਇਹ ਕਹਿੰਦਾ ਸੀ ਮੈਂ ਜ਼ਿੰਦਗੀ 'ਚ ਕੁਝ ਕਿਸੇ ਲਈ ਕਰ ਸਕਾਂ, ਉਹ ਬਾਦਸ਼ਾਹ ਬਣ ਗਿਆ। ਔਰ ਉਹ ਬਾਦਸ਼ਾਹ ਮੇਰੇ ਪਿੰਡ ਦੇ ਵਿੱਚ ਪੈਦਾ ਹੋਏ ਨੇ, ਖੇੜਾ ਬ੍ਰਦਰਸ, ਜਿਹੜੇ ਹਮੇਸ਼ਾ ਹੀ ਇਸ ਪਿੰਡ ਲਈ, ਪਿੰਡ ਦੇ ਚਾਵਾਂ ਨੂੰ ਪੂਰਾ ਕਰਦੇ ਨੇ। ਔਰ ਇਹ ਖੇੜਾ ਬ੍ਰਦਰਸ
सरदार जरनैल सिंह खैड़ा, सरदार संतोख सिंह खैड़ा, सरदार सुखिंदर सिंह जी खैड़ा उर्फ जिंदी जी, सरदार कुंदन सिंह जी खैड़ा, सरदार सुवर्ण सिंह जी खैड़ा, ये खैड़ा ब्रदर्स जिन्हों का मैं विरद करदा नाम जपदा कि जिन्ह ने यह लोगों ने अपने स्कूल बनाए, अपने संस्थावां बनाईयां, अपनी कमाई लई बनाईयां। ये संस्थावां, ये स्कूल, ये स्टेडियम, ये सिर्फ इलाके के उन गरीब बच्चों लई बने आ जिन्हां सिर ते हथ रखिया। जे असी उदां कहिंदे आ, गुरबाणी कहिंदी आ कि गरीब का मूँह गुरु की गोलक है, और इन्होंने अपने कर्म च कर विखाया कि किसी भी गरीब की मदद करना ही गुरु के मार्ग से चलना है। मैं बहुत खुश हाँ अज इस टूरनामेंट नूं देख के, इस मेले नूं देख के, तुहाडा सारिआं दा सहयोग देख के। सरदार बलिंदर सिंह साहब आए ने, मैं इन्हां दा भी सत्कार करदा। खिडारियों नूं फिर मेरी बेनती है, तुसीं सहयोग देना, साडे को रज के सहयोग लेना तां कि असीं टूरनामेंट नूं बहुत वधिया आला ऑफिशियल लगे ने। सरदार तरलोक सिंह जो अंतरराष्ट्रीय रैफरी ने, उन्हां दी अगवाई दे विच सारे काम कर रहे ने। तुहानूं कितों भी कोई भी शिकायत नहीं मिलेगी, रैफरी का फैसला अटल है, किसी भी खिलाड़ी ने रैफरी के पास किंतु परंतु नहीं करना और ना ही मन्ने जाना। मेहरबानी जी। मेहरबानी खेड़ा साहब, साढ़े रोशन खेड़ा जी जिहड़े कि इस नगर की बहुत प्यारी शख्सियत स्टेट अवार्डी होने का मान मिले, बहुत बहुत धन्यवाद जिन्होंने अपने मुखारबंद वधिया बोलन दे नाल सारी संगत नाल सांझ पाई। आओ हुण आपां सांझ पाईए चलदे हुए कबड्डी के बहुत ही शानदार मैच के नाल। मेरे तो सज्जे वाले पासे सुल्तानपुर लोधी वाले पासे टीम जिहड़ी कोहाले दी है, और आ कहिंदे वी असले बंटी कबड्डी पा के नल मालक दी टीम आते वधिया नंबर दा वाधा करदा होया। टिलमां दा कोई भी प्लेयर साडी आवाज़ नूं सुणदा होवे ते उह प्लीज़ साडे प्रबंधकां नाल, साडे नगर दे खिलाड़ियां नाल संपर्क करे। टिलमां टीम दा कोई भी खिलाड़ी नाल ही बेनती करदी खीरां वाली ते तलवंडी चौधरीआं, ये अगले मैच दीआं टीमां होणगीआं। सो खीरां वाली ते तलवंडी चौधरीआं ਉਹ ਜਲਦ ਖਿਰਮ ਨੰਦ ਵਿੱਚ ਆ ਜਾਣ, ਮਿਹਰਬਾਨੀ ਹੋਵੇਗੀ। ਕਬੱਡੀ ਓਪਨ ਦਾ ਪਹਿਲਾ ਇਨਾਮ ਆ ਜਾ 51,000 ਰੁਪਈਆ, ਸਾਡੇ ਬਹੁਤ ਹੀ ਸਤਿਕਾਰਯੋਗ ਸਰਖੁੰਦਰ ਸਿੰਘ ਜੀ ਖੈੜਾ, ਸਵਰਨ ਸਿੰਘ ਜੀ ਖੈੜਾ, ਸੰਤੋਖ ਸਿੰਘ ਜੀ ਖੈੜਾ ਔਰ ਸਰਦਾਰ ਸੁਖਵਿੰਦਰ ਸਿੰਘ ਜੀ ਖੈੜਾ, ਉਹਨਾਂ ਦੇ ਪੂਰੇ ਖੈੜੇ ਪਰਿਵਾਰ ਦੇ ਵੱਲੋਂ ਅੱਜ ਦਾ ਪਹਿਲਾ ਇਨਾਮ 51,000 ਰੁਪਈਆ ਹੋਵੇਗਾ। ਦੂਜਾ ਇਨਾਮ 41,000 ਰੁਪਈਆ ਸਾਡੇ ਵੀ ਰਿੰਕੂ ਕਨੇਡਾ, ਹਨੀ ਕਨੇਡਾ, ਬਿੱਕਾ USA, ਸੋਨੂ USA, ਉਹਨਾਂ ਦੇ ਵੱਲੋਂ 41,000 ਰੁਪਏ ਦਾ ਅੱਜ ਦੇ ਕਬੱਡੀ ਕੱਪ ਦਾ ਇਹ ਦੂਜਾ ਪ੍ਰਾਈਜ਼ ਹੋਵੇਗਾ। 12 ਕਿਲੋ KG ਦਾ ਪਹਿਲਾ ਪ੍ਰਾਈਜ਼ 12,000 ਰੁਪਈਆ ਸਾਡੇ ਕਮਲਜੀਤ ਸਿੰਘ ਲੰਬੜਦਾਰ, ਉਹਨਾਂ ਦੇ ਪਰਿਵਾਰ ਦੇ ਵੱਲੋਂ ਹੋਵੇਗਾ। ਅਤੇ ਸੈਂਕੜ ਪ੍ਰਾਈਜ਼ 62 ਕਿਲੋ ਦਾ 10,000 ਰੁਪਈਆ ਕੁਲਵੀਰ ਸਿੰਘ ਜੀ ਖੈੜਾ ਅਤੇ ਹਰਜਿੰਦਰ ਸਿੰਘ ਜੀ ਸਿੰਧ ਆਸਟ੍ਰੇਲੀਆ ਵਾਲੇ, ਉਹਨਾਂ ਦੇ ਪਰਿਵਾਰਾਂ ਦੇ ਵੱਲੋਂ ਹੋਵੇਗਾ। 55 ਕਿਲੋ ਭਾਰ ਵਰਗ ਦਾ ਪਹਿਲਾ ਇਨਾਮ 8,000 ਰੁਪਈਆ ਸਰਪੰਚ ਬਲਵਿੰਦਰ ਸਿੰਘ ਜੀ ਦੇ ਬੇਟੇ ਮੇਜਰ ਸਿੰਘ USA, ਡਿਪਟੀ USA, ਉਹਨਾਂ ਦੇ ਵੱਲੋਂ ਹੋਵੇਗਾ। ਅਤੇ 55 ਕਿਲੋ ਭਾਰ ਵਰਗ ਦਾ ਦੂਜਾ ਜਿਹੜਾ ਇਨਾਮ ਹੈ ਉਹ 6,000 ਰੁਪਈਆ ਕੁਲਵਿੰਦਰ ਸਿੰਘ ਜੀ ਕਿੰਦਾ, ਸਾਬਕਾ ਕਲੱਬ ਪ੍ਰਧਾਨ, ਮੇਰੇ ਪਰਮ ਪਿਆਰੇ ਦੋਸਤ ਨੇ, ਉਹਨਾਂ ਦੇ ਵੱਲੋਂ ਇਹ 6,000 ਦਾ ਦੂਜਾ ਪ੍ਰਾਈਜ਼ ਹੋਵੇਗਾ। ਬਾਬਾ ਟਹਿਲ ਸਿੰਘ ਜੀ ਖੈੜਾ ਪ੍ਰਧਾਨ, ਕਵਰ ਸਟੱਡੀ ਅਤੇ ਬਖਤਾਵਰ ਸਿੰਘ ਜੀ ਲੰਬੜਦਾਰ ਸਾਹਿਬ, ਉਹ ਵੀ ਸਾਡੇ ਕੋਲ ਪਹੁੰਚੇ ਹੋਏ ਨੇ, ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ। ਹੈਲੋ ਰੇਸ਼ਮ ਸਿੰਘ ਜੀ ਲਾਡੀ ਸਾਹਿਬ, ਪਿਆਰਾ ਸਿੰਘ ਜੀ ਸ਼ਾਹ ਸਾਹਿਬ, ਦਵਿੰਦਰ ਸਿੰਘ ਜੀ ਸ਼ਾਹ ਸਾਹਿਬ, ਜਸਵੰਤ ਸਿੰਘ ਜੀ ਲੰਬੜਦਾਰ ਸਾਹਿਬ, ਕੜਾਲ 9 ਬਾਦ ਤੋਂ ਸਾਡੇ ਕੋਲ ਇੱਥੇ ਪਹੁੰਚੇ ਆ। ਅਸੀਂ ਖੈੜਾ ਯੂਥ ਕਲੱਬ ਵੱਲੋਂ, ਗ੍ਰਾਮ ਪੰਚਾਇਤ ਵੱਲੋਂ, ਸਮੂਹ ਨਗਰ ਨਿਵਾਸੀਆਂ ਵੱਲੋਂ ਔਰ NRI ਵੀਰਾਂ ਵੱਲੋਂ ਇਹਨਾਂ ਵੀਰਾਂ ਦਾ ਇੱਥੇ ਆਉਣ ਦੇ ਉੱਤੇ ਤਹਿ ਦਿਲੋਂ ਸ਼ੁਕਰਗੁਜ਼ਾਰ ਕਰਦੇ ਹਾਂ। ਸਾਡੇ ਮਨਜੀਤ ਸਿੰਘ ਜੀ ਜੈਲਦਾਰ ਸਾਹਿਬ, ਇਹ ਵੀ ਸਾਡੇ ਕੋਲ ਪਹੁੰਚੇ ਆ। ਇਹਨਾਂ ਦੇ ਭਰਾ ਇੰਦਰਜੀਤ ਜੀ ਕਨੇਡਾ, ਜੋਤੀ ਕਨੇਡਾ ਜੀ ਔਰ ਹੋਰ ਵੀ ਇਹਨਾਂ ਸ਼ਖਸੀਅਤਾਂ ਨੇ ਸਾਡੇ ਕੋਲ ਇੱਥੇ ਬਹੁਤ ਵੱਡਾ ਸਹਿਯੋਗ ਇਸ ਟੂਰਨਾਮੈਂਟ ਦੇ ਵਿੱਚ ਪਹੁੰਚਾਇਆ ਆ। ਇਹਨਾਂ ਨੇ ਬਹੁਤ ਜ਼ਮੀਨ ਵੀ ਇਹ ਜਿਹੜੀ ਆ ਸਕੂਲ ਦੇ ਵਿੱਚ ਬਹੁਤ ਦਾਨ ਕੀਤੀ ਹੋਈ ਆ। ਅਸੀਂ ਇਹਨਾਂ ਦਾ ਵਿਸ਼ੇਸ਼ ਧੰਨਵਾਦ ਕਰਦੇ ਹਾਂ, ਮਨਜੀਤ ਸਿੰਘ ਜੀ ਜੈਲਦਾਰ ਸਾਹਿਬ ਦਾ ਔਰ ਇਲਾਕੇ ਦੀਆਂ ਜਿੰਨੀਆਂ ਵੀ ਸ਼ਖਸੀਅਤਾਂ ਇੱਥੇ ਪਹੁੰਚੀਆਂ ਆ, ਖੇਡ ਪ੍ਰੇਮੀ ਔਰ ਦਰਸ਼ਕ ਔਰ ਸਪੋਰਟਸ ਪਰਸਨ ਜਿੰਨੇ ਵੀ ਪਹੁੰਚੇ ਆ, ਅਸੀਂ ਖੈੜਾ ਯੂਥ ਕਲੱਬ ਵੱਲੋਂ, ਸਮੂਹ ਪੰਚਾਇਤ ਵੱਲੋਂ ਔਰ ਨਗਰ ਨਿਵਾਸੀਆਂ ਵੱਲੋਂ ਇਹਨਾਂ ਦਾ ਵਿਸ਼ੇਸ਼ ਧੰਨਵਾਦ ਕਰਦੇ ਹਾਂ ਜੀ। ਧਾਲੀਵਾਲ ਅਤੇ ਟਿਲਮਾ ਦਾ ਅਗਲਾ ਮੈਚ ਹੋਵੇਗਾ। ਹਾਂਜੀ ਇੱਕ ਮਿੰਟ ਜੀ, ਮਾਫੀ ਚਾਹਾਂਗੇ, ਇੱਕੋ ਮਿੰਟ ਜੀ।
ਟਿਲਮਾ ਤੇ ਧਾਲੀਵਾਲ ਦਾ ਅਗਲਾ ਮੈਚ ਹੋਵੇਗਾ। ਟੀਮਾਂ ਦੇ ਖਿਡਾਰੀਆਂ ਨੂੰ ਬੇਨਤੀ ਹੈ ਧਾਲੀਵਾਲ ਤੇ ਟਿਲਮਾ ਦੋਨਾਂ ਟੀਮਾਂ ਦਾ ਇੱਕ ਇੱਕ ਪਲੇਅਰ ਆਣ ਕੇ ਪ੍ਰਬੰਧਕਾਂ ਦਾ ਸੰਪਰਕ ਕਰਨ ਲਈ ਮਿਹਰਬਾਨੀ ਹੋਵੇਗੀ। ਨਾਲ ਮਾਲਕ ਦੇ ਨੇ 9 ਨੰਬਰ ਤੇ ਸਾਡੇ 6 ਨੰਬਰ ਨੇ ਕੋਹਾਲੇ ਦੇ। ਇਹ ਬਹੁਤ ਹੀ ਸ਼ਾਨਦਾਰ ਮੈਚ ਚੱਲਦਾ ਹੋਇਆ ਮੈਚ ਓਵਰ ਟੂ ਸਟੇਜ। ਅਗਲੇ ਮੈਚ ਦੀ ਕਮੈਂਟਰੀ ਸਾਡੇ ਮੱਖਣ ਵਾਲੀ ਜੀ ਕਰਨਗੇ। ਉਹਨਾਂ ਨੂੰ ਵੀ ਬੇਨਤੀ ਆ ਕਿ ਉਹ ਆਪਣੀ ਤਿਆਰੀ ਕਰ ਲੈਣ ਔਰ ਗਰਾਊਂਡ ਦੇ ਵਿੱਚ ਪਹੁੰਚ ਜਾਣ। ਅਗਲੇ ਮੈਚ ਦੀ ਕਮੈਂਟਰੀ ਸਾਡੇ ਮੱਖਣ ਵਾਲੀ ਜੀ, ਬਹੁਤ ਹੀ ਖੂਬਸੂਰਤ ਆਵਾਜ਼, ਜਿਨ੍ਹਾਂ ਦਾ ਸਨਮਾਨ ਅੱਜ ਹਨੀ ਕਨੇਡਾ ਜੀ ਔਰ ਰਿੰਕੂ ਕਨੇਡਾ ਜੀ ਵੱਲੋਂ ਮੁੰਦੀ ਪਾ ਕੇ ਕੀਤਾ ਜਾਣਾ ਵਾ। ਅਸੀਂ ਬਹੁਤ ਧੰਨਵਾਦੀ ਹਾਂ ਇਹਨਾਂ ਦਾ ਵੀ ਇੱਥੇ ਪਹੁੰਚਣ ਦੇ ਉੱਤੇ। ਅਗਲੇ ਮੈਚ ਦੀ ਕਮੈਂਟਰੀ ਲਈ ਮੱਖਣ ਵਾਲੀ ਜੀ। ਨਾਲ ਹੀ ਬੇਨਤੀ ਕਰਦੀ ਅਗਲੀਆਂ ਟੀਮਾਂ ਜਲਦੀ ਆ ਜਾਣ ਤੇ ਨਾਲ ਹੀ ਮੇਰੇ ਸਤਿਕਾਰਯੋਗ ਮਾਨਯੋਗ ਵਰਲਡ ਦੀ ਬਹੁਤ ਹੀ ਪਿਆਰੀ ਤੇ ਫੇਮਸ ਆਵਾਜ਼ ਦੇ ਮਾਲਕ ਜਨਾਬ ਮੱਖਣ ਵਾਲੀ ਜੀ, ਜਿਨ੍ਹਾਂ ਦਾ ਅੱਜ ਸੋਨੇ ਦੀ ਮੁੰਦੀ ਨਾਲ ਸਾਡੇ ਵੀਰਾਂ ਦੇ ਵੱਲੋਂ ਮਾਨ ਸਨਮਾਨ ਹੋਵੇਗਾ। ਬੇਨਤੀ ਉਹ ਤਿਆਰੀ ਕਰ ਲੈਣ ਮਿਹਰਬਾਨੀ ਹੋਵੇਗੀ। ਧਾਲੀਵਾਲ ਦੀ ਟੀਮ ਜਿਹੜੀ ਗਰਾਊਂਡ ਦੇ ਵਿੱਚ ਪਹੁੰਚ ਚੁੱਕੀ ਹੈ, ਟਿਲਮਾ ਦੀ ਟੀਮ ਨੂੰ ਬੇਨਤੀ ਕਿ ਜਲਦੀ ਟਿਲਮਾ ਟੀਮ ਜਿਹੜੀ ਹੈ ਉਹ ਖੇਡ ਮੈਦਾਨ ਦੇ ਵਿੱਚ ਰਿਪੋਰਟ ਕਰੇ। ਟਿਲਮਾ ਅਤੇ ਧਾਲੀਵਾਲ ਬੇਅਰ ਦਾ ਇਹ ਬਹੁਤ ਹੀ ਸ਼ਾਨਦਾਰ ਮੈਚ ਹੋਵੇਗਾ। ਸਾਡੇ ਵੀਰ ਚੰਦਰ ਸਿੰਘ ਜੀ ਮਨੀਲਾ ਅਤੇ ਮੰਗਲ ਸਿੰਘ ਜਰਮਨ, ਉਹਨਾਂ ਵੱਲੋਂ ਅੱਜ ਫੁੱਟਬਾਲ ਦੀ ਟੀਮ ਨੂੰ ਜਿਹੜੀ ਕਿੱਟ ਸਪੋਂਸਰ ਕੀਤੀ ਜਾਵੇਗੀ, ਇਹ ਵੀ ਬਹੁਤ ਵੱਡੇ ਮਾਣ ਹੋਣਗੇ। ਸਾਡੇ ਬਾਬਾ ਮੀਆਂ ਲੈਣਾ ਸ਼ਾਹ ਜੀ ਸਪੋਰਟਸ ਕਲੱਬ ਕਲਵਨ ਦੇ ਵੱਲੋਂ ਜੈਲਦਾਰ ਮਨਜੀਤ ਸਿੰਘ ਜੀ, ਪ੍ਰਧਾਨ ਹਰ ਨਿਰਮਲ ਸਿੰਘ ਜੀ, ਸੈਕਟਰੀ ਰਮੇਸ਼ ਪਾਲ ਜੀ, ਵਾਈਸ ਪ੍ਰਧਾਨ ਸਤਨਾਮ ਸਿੰਘ ਜੀ ਸੋਢੀ ਸਾਹਿਬ ਵਿਸ਼ੇਸ਼ ਤੌਰ 'ਤੇ ਪਹੁੰਚੇ ਹੋਏ ਨੇ, ਧੰਨਵਾਦ ਆ। ਅਮਰਜੀਤ ਸਿੰਘ ਜੀ, ਤਜਿੰਦਰ ਸਿੰਘ ਜੀ ਸਾਬੀ, ਸੁੱਖਾ ਖੇੜਾ ਜੀ, ਅਵਤਾਰ ਸਿੰਘ ਜੀ ਅਤੇ ਜਸਵਿੰਦਰ ਸਿੰਘ ਜੱਸੂ, ਇਹ ਸਾਡੇ ਕੋਲ ਪਹੁੰਚੇ ਹੋਏ ਨੇ, ਜਿਨ੍ਹਾਂ ਵੱਲੋਂ ਅੱਜ ਮੱਖਣ ਅਲੀ ਜੀ ਦਾ ਇਹ ਮਾਨ ਸਨਮਾਨ ਸੋਨੇ ਦੀ ਮੁੰਦਰੀ ਦੇ ਨਾਲ ਇਸ ਖੇਡ ਮੇਲੇ ਵਿੱਚ ਕੀਤਾ ਜਾਵੇਗਾ। ਲਓ ਇਧਰਲੇ ਪਾਸੇ ਬਹੁਤ ਹੀ ਸ਼ਾਨਦਾਰ ਕਬੱਡੀ ਗਰਾਊਂਡ ਦੇ ਵਿਚਕਾਰ ਖਿਡਾਰੀ ਕਹਿੰਦੇ ਵੀ ਇਸ ਵੇਲੇ ਮਨ ਨਾ ਪਾਉਂਦਾ ਹੋਇਆ। ਅਗਲੇ ਪਾਸੇ ਪਰਲੀ ਕਨੀ ਤੇ ਕਹਿੰਦੇ ਗੋਪੀ ਹੈ ਅਤੇ ਨਾਲ ਕਹਿੰਦੇ ਉਰਲੇ ਪਾਸੇ ਸੱਜੇ ਕਨੀ ਤੇ ਹੈ ਗੱਗੀ ਪੱਡਾ। ਔਰ ਗਰਾਊਂਡ ਦੇ ਵਿਚਕਾਰ ਇਹ ਅੱਜ ਦੇ ਕਬੱਡੀ ਟੂਰਨਾਮੈਂਟ ਦਾ ਕਬੱਡੀ ਓਪਨ ਦਾ 5ਵਾਂ ਮੈਚ ਚੱਲਦਾ ਹੋਇਆ ਤੇ ਇਧਰਲੇ ਪਾਸੇ ਖਿਡਾਰੀ 2 ਨੰਬਰ ਤੋਂ ਬੱਗਾ ਕੋਸ਼ਿਸ਼ ਕਰਦਾ ਹੋਇਆ ਕਹਿੰਦੇ ਵੀ ਜਿਸ ਪਿੰਡ ਦਾ ਮਹਾਨ ਕਬੱਡੀ ਜਾਫੀ ਨਾਨਕ ਮੁੰਡੀ ਸ਼ਹਿਰੀਆਂ ਉਸੇ ਨਗਰ ਦਾ ਖਿਡਾਰੀ ਬੱਗਾ ਆਪਣੀ ਟੀਮ ਅਤੇ ਨੰਬਰ ਦਾ ਚੱਲਦੇ ਹੋਏ ਮੈਚ ਵਿੱਚ ਵਾਧਾ ਕਰਦਾ ਹੋਇਆ। ਸਰਪੰਚ ਸੋਹਣ ਸਿੰਘ ਸੋਮਾ ਉਹਨਾਂ ਵੱਲੋਂ ਬੇਨਤੀ ਗੁਰੂ ਕੇ ਲੰਗਰ ਬਿਲਕੁਲ ਤਿਆਰ ਹੋ ਕੇ ਗਰਾਊਂਡ ਦੇ ਨੇੜੇ ਪਹੁੰਚ ਚੁੱਕੇ ਨੇ। ਸੇਵਾਦਾਰਾਂ ਦੇ ਵੱਲੋਂ ਬੇਨਤੀ, ਜਿਹਨਾਂ ਮੇਰੇ ਵੀਰਾਂ ਨੂੰ ਲੰਗਰ ਦੀ ਜ਼ਰੂਰਤ ਹੋਵੇ, ਗੁਰੂ ਕੇ ਲੰਗਰ ਸਾਡੇ ਕੋਲ ਪਹੁੰਚ ਚੁੱਕੇ ਨੇ। ਸਾਰੀ ਸੰਗਤ ਲੰਗਰ ਛਕਣ ਦੀ ਬੜੇ ਪਿਆਰ ਸਤਿਕਾਰ ਨਾਲ ਕਿਰਪਾਲਤਾ ਕਰਨੀ। ਲਓ ਇਧਰਲੇ ਪਾਸੇ ਰਵੀ, ਅਗਲੀ ਕਬੱਡੀ ਕੋਹਾਲੇ ਦੀ ਟੀਮ ਵੱਲੋਂ ਪਾਉਂਦਾ ਹੋਇਆ। 4 ਜਾਫੀ ਬਿਲਕੁਲ ਤਿਆਰ ਨੇ ਕਿ 6 ਮਰਦਾਂ ਘੋੜਿਆਂ ਕੰਮ ਪੈਣ ਅਵੱਲੇ, ਕਿ 6 ਮਰਦਾਂ ਘੋੜਿਆਂ ਕੰਮ ਪੈਣ ਅਵੱਲੇ। ਲਓ ਪਈ ਹੋਈ ਕਹਿੰਦੇ ਖਿਡਾਰੀ ਦੀ ਗਰਾਊਂਡ ਦੇ ਵਿਚਕਾਰ ਬਹੁਤ ਹੀ ਸ਼ਾਨਦਾਰ ਕਬੱਡੀ ਔਰ ਨੰਬਰ ਵਿਖਾਂਗੇ ਕਿਹੜੀ ਟੀਮ ਦੇ ਖਿੱਚੇ ਜਾਵੇਗਾ। ਆਹ ਕਹਿੰਦੇ ਗਗਨਦੀਪ ਸਿੰਘ ਗੱਗੀ ਪੱਡੇ ਪਰਿਵਾਰ ਦਾ ਖਿਡਾਰੀ ਹੈ, ਪਰ ਨੰਬਰ ਇਸ ਵੇਲੇ ਤਾਵੀ ਦਾ ਨੰਬਰ ਕੋਹਾਲੇ ਦੀ ਟੀਮ ਅਤੇ ਤਾਵੀ ਇੱਕ ਹੋਰ ਨੰਬਰ ਦਾ।